ਜੇ ਲੇਖਣ ਵਾਲ ਵੈਰ ਉਹ ਕਿਤੇ ਲੱਗ ਦੇਣਾ ਪੈਰ ਉਹ ਅਜੇ ਕਮਰੇ 'ਚ ਬੰਦ ਉਹ ਕੱਲ੍ਹ ਜਿੱਤ ਲੂੰਗਾ ਸ਼ਹਿਰ ਉਹ ਜਿਹੜੇ ਬਹੁਤੇ ਹਣਕਾਰ ਕਹਿਣਗੇ ਉਹ ਵੀਰੇ ਵੀਰੇ ਸਾਡੀ ਵਾਰੀ ਆਉਣ ਦੇ ਸੋ ਇਹ ਵਾਰੀ ਤੁਹਾਨੂੰ ਦੇਣ ਜਾ ਰਿਹਾ ਜੀ ਅੱਜ DAV ਕਾਲਜ ਜਲੰਧਰ ਸੋ ਹਾਈ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਮੇਰੀ ਰੂਹ ਕਾ ਪਰਿੰਦਾ ਫੜਫੜਾਏ ਮੈਂ ਹੂੰ ਆਪਕੀ ਹੋਸਟ ਐਂਡ ਦੋਸਤ ਨਵਿਆ ਬੇਰੀ ਔਰ ਹਮੇਸ਼ਾ ਕੀ ਤਰ੍ਹਾਂ ਮੇਰੇ ਸਾਥ ਹੈ ਪ੍ਰਸੰਨ ਪ੍ਰਸੂਨ ਵੇ ਕੀ ਕਰਾਂ ਸੋ ਗਾਇਜ਼ ਆਪਕੋ ਲੱਗ ਰਿਹਾ ਹੋਗਾ ਕਿ ਕਿਸ ਤਰ੍ਹਾਂ ਕਾ ਮੌਕਾ ਕੈਸਾ ਮੌਕਾ ਕਿਆ ਮੌਕਾ ਜੋ ਦੇ ਰਿਹਾ DAV ਜਲੰਧਰ ਤੋ ਮੈਂ ਆਪ ਸਭਕੋ ਬਤਾ ਦੂੰ ਕਿ ਅੱਜ DAV ਮੇਂ ਹੋ ਰਿਹਾ ਹੈ ਟੈਲੈਂਟ ਫੀਐਸਟਾ ਆਪਾਂ ਕਰਾਂਗੇ ਇਹਨਾਂ ਟੈਲੈਂਟਡ ਲੋਕਾਂ ਨਾਲ ਗੱਪਸ਼ਪ ਤੇ ਦੇਖਾਂਗੇ ਕਿ ਇਹਨਾਂ 'ਚ ਸਿਰਫ ਟੈਲੈਂਟ ਹੈ ਜਾਂ ਦਿਮਾਗ ਵੀ ਹੈ ਕਿਉਂ ਐਗਜ਼ੈਕਟਲੀ ਪਤਾ ਤਾਂ ਤਬ ਚੱਲੇਗਾ ਨਾ ਜੇ ਵੀ ਟੈਲੈਂਟਡ ਲੋਕ ਹਮਾਰੇ ਟ੍ਰਿਕੀ ਕੁਐਸਚਨਸ ਕਾ ਆਨਸਰ ਦੇ ਪਾਏਗੇ ਕਿ ਨਹੀਂ ਦੇ ਪਾਏਗੇ ਹੈ ਨਾ ਜੀ ਹਾਂ ਬਿਲਕੁਲ ਸੋ ਅੱਜ ਦਾ ਜਿਹੜਾ ਟ੍ਰਿਕੀ ਕੁਐਸਚਨ ਹੈ ਉਹ ਸਾਨੂੰ ਲਿਖ ਭੇਜਿਆ ਜੀ ਅਕਸ਼ਿਤਾ ਆਨੰਦ ਨੇ ਫਰੋਮ ਚੰਡੀਗੜ੍ਹ ਚਲੇ ਫਿਰ ਵਿਦਆਊਟ ਵੇਸਟਿੰਗ ਟਾਈਮ ਚਲੇ ਮੈਂ ਬਹੁਤ ਐਕਸਾਈਟਡ ਹਾਂ ਇਨ ਲੋਕਾਂ ਚਲੋ ਜੀ ਮਿਲਣ ਕੇ ਲਈ ਟੈਲੈਂਟਡ ਲੋਕ ਪਹੁੰਚ ਚੁੱਕੇ ਆ ਜੀ DAV ਕਾਲਜ ਦੇ ਆਡੀਟੋਰੀਅਮ ਦੇ ਬਾਹਰ ਇੱਥੇ ਮਿਲ ਰਹੇ ਨੇ ਮੈਨੂੰ ਕੁਝ DAV ਦੇ ਵਿਦਿਆਰਥੀ ਆਓ ਕਰਦੇ ਆ ਉਹਨਾਂ ਨਾਲ ਗੱਪਸ਼ਪ ਪੜਾ ਸਿਲਸਿਲਾ ਸ਼ੁਰੂ ਸਰ ਜੀ ਤੁਹਾਡਾ ਨਾਮ ਹਰਮਨਜੋਤ ਸਿੰਘ ਗਗਨਪ੍ਰੀਤ ਸਿੰਘ ਅਰਸ਼ਪਾਲ ਸਿੰਘ ਦਿਲਪ੍ਰੀਤ ਸਿੰਘ ਪਵਨ ਭਗਤ ਤਰਨੀ ਸਿੰਘ ਬਾਲ ਸ਼ੇਰ ਲਾਪ੍ਰੀਤ ਬਾਲ ਸੋ ਮੁੰਡਿਓ ਮੈਨੂੰ ਇਹ ਦੱਸੋ ਕਿ ਤੁਹਾਡਾ ਈਅਰ ਕਿਹੜਾ ਸਭ ਤੋਂ ਪਹਿਲੇ ਇਕੱਠੇ ਇੱਕ ਵਾਰੀ ਲਾਸਟ ਈਅਰ ਸੀਨੀਅਰ ਸਿਟੀਜ਼ਨ ਹੋ ਗਏ ਹੈ ਹਾਂਜੀ ਸੀਨੀਅਰ ਸਿਟੀਜ਼ਨ ਆ ਜੀ ਕਿੰਨੇ ਸਾਲਾਂ ਤੋਂ DAV 'ਚ ਹੀ ਪੜ੍ਹ ਰਹੇ 10 ਸਾਲ ਤੋਂ ਜੀ ਆਹ ਮੁੰਡੇ ਤਾਂ ਕਹਿੰਦਾ ਬਥੇਰੇ ਸਾਲ ਹੋ ਗਏ 3 ਤੋਂ ਜ਼ਿਆਦਾ ਹੋ ਗਏ ਵੀਰੇ ਬਥੇਰੇ ਜੀ ਇੱਕ ਅੱਧ ਇੱਕ ਅੱਧਾ ਵੱਧ ਹੀ ਹੈ ਲਾ ਇੱਕ ਅੱਧਾ ਵੱਧ ਕਿੱਦਾਂ ਲੱਗ ਗਿਆ ਐਕਸਪਲੇਨ ਕਰੀਏ ਜ਼ਰਾ ਬਸ ਜੀ ਇੱਦਾਂ ਹੀ ਆ ਕੁੜੀਆਂ ਪਿੱਛੇ ਲੱਗ ਗਿਆ ਇੱਕ ਅੱਧਾ ਵੱਧ ਸਾਲ ਕਹਿੰਦੇ ਕੁੜੀਆਂ ਪਿੱਛੇ ਲੱਗ ਗਿਆ ਸੋ ਭਾਜੀ ਮੈਨੂੰ ਇਹ ਦੱਸੋ ਕਿ ਆਪਣੀਆਂ ਸੁਪਨੀਆਂ ਕਿੰਨੀਆਂ ਕੁ ਆਈਆਂ ਅੱਜ ਤੱਕ ਬਸ ਰੱਬ ਦੀ ਕਿਰਪਾ ਨਾਲ ਆ ਹੀ ਜਾਂਦੀਆਂ 2-4 ਹਰ ਵਾਰੀ ਕਹਿੰਦਾ 2-4 ਆ ਜਾਂਦੀਆਂ ਮੇਰੀਆਂ ਸੁਪਨੀਆਂ ਭਾਜੀ ਤੁਹਾਡੀਆਂ ਆਪਾਂ ਕਲੀਅਰ ਪਾਸ ਮੁੱਛਾਂ ਦੀ ਤਰ੍ਹਾਂ ਕਲੀਅਰ ਪਾਸ ਭਾਜੀ ਇੱਕ ਵਾਰੀ ਮੁੱਛ ਚਾੜ ਕੇ ਦਿਖਾ ਦਿਓ ਕਰਦੇ ਹਾਂ ਜੀ ਇੱਕ ਟ੍ਰਿਕੀ ਜਿਹਾ ਸਵਾਲ ਜੇ ਤੁਸੀਂ ਉਹ ਸਵਾਲ ਦਾ ਜਵਾਬ ਮੈਨੂੰ ਦਿਓ ਤਾਂ ਤੁਹਾਨੂੰ ਮਿਲੇਗਾ ਇੱਕ ਬਹੁਤ ਸੋਹਣਾ ਗਿਫਟ 6 ਬਾਲਟੀਆਂ ਠੀਕ ਆ ਸਾਰਿਆਂ ਦੇ ਵਿੱਚ ਇੱਕ ਇੱਕ ਐਪਲ ਹੈ ਠੀਕ ਹੈ 6 ਬੱਚੇ ਆ ਗਏ ਤੁਸੀਂ 6ਾਂ ਨੂੰ ਇੱਕ ਇੱਕ ਐਪਲ ਦੇਣਾ ਅਤੇ ਫਿਰ ਬਾਲਟੀ ਦੇ ਵਿੱਚ ਇੱਕ ਐਪਲ ਜਿਹੜਾ ਉਹ ਵਾਪਸ ਰਹਿਣਾ ਚਾਹੀਦਾ ਕਿੱਦਾਂ ਬੜੀ ਖੂਬਸੂਰਤ ਸੀ ਮੁਟਿਆਰੇ ਖੜੀ ਹੋਈ ਹੈ ਤੋ ਪਤਾ ਕਰਤੇ ਹੈ ਇਨਸੇ ਕਿ ਇਹਨਾਂ ਨੇ ਟੈਲੈਂਟ ਫੀਐਸਟਾ ਮੇਂ ਪਾਰਟ ਲਿਆ ਜਾਂ ਨਹੀਂ ਲਿਆ ਔਰ ਅਗਰ ਲਿਆ ਤੋ ਇਹਨੋਨੇ ਕੌਨ ਸਾ ਟੈਲੈਂਟ ਸ਼ੋਕੇਸ ਕੀਆ ਤੋ ਸਭ ਸੇ ਪਹਿਲੇ ਤੋ ਆਪ ਸਭ ਕੇ ਨਾਮ ਗੁਲਸ਼ਨਪ੍ਰੀਤ ਰੁਪਿੰਦਰ ਕੌਰ ਨਵਦੀਪ ਕੌਰ ਅਰਸ਼ਦੀਪ ਕੌਰ ਤੋ ਪਹਿਲੇ ਤੋ ਇਹ ਵਾਲਾ ਕੁਐਸਚਨ ਕਿ ਆਪਨੇ ਟੈਲੈਂਟ ਫੀਐਸਟਾ ਮੇਂ ਪਾਰਟ ਲਿਆ ਕਿ ਨਹੀਂ ਲਿਆ ਯੈਸ ਮੈਮ ਲਿਆ ਤੋ ਫਿਰ ਕੌਨ ਸਾ ਟੈਲੈਂਟ ਸ਼ੋਕੇਸ ਕੀਆ ਆਪਨੇ ਗਿੱਧਾ ਪਾਇਆ ਅੱਜ ਕੁੜੀਆਂ ਨੇ ਯਾਰ ਮੇਰੇ ਕੋ ਵੀ ਥੋੜਾ ਸਾ ਕਰਕੇ ਸਿਖਾ ਦਿਓ ਯਾਰ ਮੇਰੇ ਕੋ ਨਹੀਂ ਆਤਾ ਗਿੱਧਾ ਕਹਿਣਾ ਗਿੱਧਾ ਡਾਲੇ ਚਲੋ ਫਿਰ ਬੜਾ ਐਕਸਾਈਟਿੰਗ ਥਾ ਯਾਰ ਬੜਾ ਮੁਝੇ ਮਜ਼ਾ ਆਇਆ ਆਪ ਸਭ ਕੇ ਸਾਥ ਗਿੱਧਾ ਡਾਲ ਕੇ ਥੈਂਕ ਯੂ ਸੋ ਮਚ ਇਹ ਮੇਰੀ ਗਿੱਧਾ ਟੀਚਰਸ ਹੈ ਅੱਜ ਸੇ ਤੋ ਟੰਗ ਟਵਿਸਟਰ ਹੈ ਰੋਡ ਰੋਲਰ ਲੋਡ ਰੋਲਰ ਇਸਕੋ 5 ਵਾਰ ਬੋਲਣਾ ਹੈ ਬਸ 5 ਵਾਰ ਰੋਡ ਰੋਲਰ ਲੋਡ ਰੋਲਰ ਇਤਨਾ ਟਾਈਮ ਨਹੀਂ ਲੈ ਸਕਤੇ ਹਮ ਜਲਦੀ 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 ਪਹਿਲੇ ਸੇ ਇਤਨਾ ਥਾ ਕਿ ਉਹ ਕੋਈ ਕੁਐਸਚਨ ਵਗੈਰਾ ਪੁੱਛ ਲੇਤੇ ਤੋ ਪਹਿਲੇ ਸੇ ਇਤਨਾ ਥਾ ਕਿ ਉਹ ਕੋਈ ਕੁਐਸਚਨ ਵਗੈਰਾ ਪੁੱਛ ਲੇਤੇ ਤੋ ਓ ਯਾਰ ਇਹ ਟੰਗ ਟਵਿਸਟਰ ਹੈ 5 ਵਾਰ ਤੋ ਬੋਲੇ ਮੈਂ ਕੋਈ 10 ਵਾਰ ਲੋਡ ਰੋਲਰ ਰੋਡ ਰੋਲਰ ਲੋਡ ਰੋਲਰ ਰੋਡ ਰੋਲਰ ਲੋਡ ਰੋਲਰ ਰੋਡ ਰੋਲਰ ਲੋਡ ਰੋਲਰ ਰੋਡ ਰੋਲਰ ਬ੍ਰੇਕ ਬ੍ਰੇਕ ਨਹੀਂ ਮਾਨਾ ਦਿਸ ਇਜ਼ ਬੋਲ ਐਸੇ ਰੋਡ ਰੋਲਰ ਲੋਡ ਰੋਲਰ ਐਸੇ ਐਸੇ
आप ही बोलो। आप बोलो। मुझसे नहीं होगा। इन्होंने पहले ही गिव अप कर दिया है, इनसे नहीं होगा। मैनू दसोगे तुसी कितने ईयर चो? मैं सेकंड ईयर। सेकंड ईयर है, केड़ा गाना आ रहा जी तोड़ा? नखरा सॉन्ग है जी। नखरा सॉन्ग है, नखरा सॉन्ग सानू एक बारी गा के सुनाओगे? आ सारे मुंडे मेरे नाल आज भंगड़ा पाओगे तुहाडे नखरे सॉन्ग दे उत्ते। तेरे करदे ने नैण जो शरारतां, साथों बुझियां ना जाणियो बुझारतां, उत्तों कोके ने वी चन नवां चाड़ता, कोके ने वी चन नवां चाड़ता, चोबरां दी होश भुलाई जांदा ए। नखरा तां सिरे गल्लां लाई जांदा ए, नी तेरा नखरा, नखरा तां अत जा कराई जांदा ए, नी तेरा नखरा, नखरा तां सिरे गल्लां लाई जांदा ए, नी तेरा नखरा। थैंक यू जी, थैंक यू, मुझे भंगड़ा सिखाया। तो मान लीजिए मेरे पास पर शर्त ये है कि बकेट में एक एप्पल पड़ा होना चाहिए, तो मैं कैसे दूंगी छह बच्चों को छह एप्पल? छह बच्चों को छह एप्पल? छह एप्पल तो है ऑलरेडी, छह बच्चे हैं तो दे देंगे एक एक। लेकिन मेरे पास कंडीशन ये भी है ना कि एक बकेट में एप्पल पड़ा रहना चाहिए। हाफ हाफ दे देना। हाफ हाफ तो नहीं, आपका कुछ इसके ऊपर राय? I don't know. सो डीएवी दे ऑडिटोरियम दे बाहर खड़े हैं, मिले ने मेनू बहुत सोहने सोहने मुंडे, आयो करदे हैं इन्हां नाल गपशप दा सेशन स्टार्ट। जे तुसी कोई सेमेस्टर फेल कर जो ते बापू की कहंदा घरे जाके? बापू किस तरह तेनू झटका मार? कुछ भी नहीं, इन्नी गल अगे साल खराब हो गया एक मौजी लई, उन्हां ने कहना पढ़ लै नहीं पढ़े ते फिर घर नू आयो होर की, घर नू आयो होर की। सोखना इधर आपां पंगा पाणा ही नहीं हैगा। मुंडा कहंदा इदां तां पंगा आपां पाणा ही नहीं। बापू ने कहना घर ही ना वड़ घरों बाहर निकल जा। बापू थोड़ा कद्दा, मैनू लगता जिन्नी तेरिया मुछा कुंडिया उन्ना ही तेरा बापू कठोर होगा तेरे। बस यही समझ लो हूँ की कहता बता जिदा बापू कठोर है जी। सो अज का ट्रिकी सवाल है, बेलन का पता? बेलन पे कभी नहीं? बर्फ बहुत कुटी पाई उन्हें। बर्फ बहुत? तेनू तो नहीं किसी ने कुटिया ना? हाँ ना। खा पिया कर यार, सेहत आ बीमारियां का घर होंगे जो बंदा बड़ा हो मोटा हो जाए। ज्यादा सेहत हो जाए ना फिर बीमारियां का घर हो जाता, इन्नी का सेहत ठीक ठाक है कि एक बार डोला कट के दिखा। यूट्यूब सारा सहम जू, फायदा कुछ नहीं। अच्छा सहम जूगे, ठीक है भाजी। मैं ये दसो कि जो बेलन हों जिदे तुम बर्फ कुटी आ भाई ने कुट खाधी आनू इंग्लिश की कहें? पता नहीं रोटी मेकर कहें, पता नहीं रोटी मेकर कहें। रोटी मेकर नहीं, याद नहीं आ रहा। भूल गया। पढ़िया किसी मूवी च सुनिया सी मैं, याद नहीं आ रहा। रोटी फ्लैट मेकर। अच्छा आ भाजी ने कहा रोटी मेकर, आ भाजी ने विच फ्लैट मेकर जोड़ता। जे भाजी ना भी बने नक्शा जहा बन जाता जिदा अपने को फिर भी फ्लैट हो जाती है, ता करके रोटी फ्लैट मेकर कहते हो। मेरी रूह का परिंदा फड़फड़ाए, लेकिन सुकून का जजीरा मिल ना पाए। वे की करा, वे की करा, एक बार को तजली तो दिखा दे, झूठी सही मगर तसली तो दिला दे। वे की करा, वे की करा, रांझण दे यार बुलिया, सुन ले पुकार बुलिया, परवरदिगार बुलिया, हाफिज तेरा मुर्शिद मेरा, तेरा मुकाम कमले, सरहद के पार बुलिया, परवरदिगार बुलिया, हाफिज तेरा मुर्शिद मेरा, रांझण दे यार बुलिया, सुन ले पुकार बुलिया, परवरदिगार बुलिया, हाफिज तेरा मुर्शिद मेरा, तेरा मुकाम कमले, सरहद के पार बुलिया, परवरदिगार बुलिया, हाफिज तेरा मुर्शिद मेरा। ओहो यार, पहले तो मैं जरा माइक नीचे, बाउंड यार, इतना मेसमराइजिंग आपने गिटार बजाया और उतनी सोलफुल आपकी वॉइस है, मन खुश हो गया।
मेरी आंखों में आंसू आ गए। हैं अच्छा हैंकी है इनके पास, चलो कोई बात नहीं, हमें अभी हैंकी चाहिए नहीं, क्योंकि मैं अब आपसे पूछने लगी हूँ अपना ट्रिकी क्वेश्चन। टैलेंट तो आप में कूट कूट के भरा हुआ है, पर देखते हैं कि आपके पास मेरे ट्रिकी क्वेश्चन का आंसर है या नहीं है। तो मेरा ट्रिकी क्वेश्चन आप दोनों से ये है कि मान लीजिए मेरे पास 6 बास्केट्स हैं। मेरी प्लीज इस व्यथा को आप सुलझाएं कि मैं कैसे दूंगी 6 बच्चों को 6 एप्पल। हाफ ऑफ करके कितनी स्वीटली, मतलब इन्होंने कहा है ना, एक तो इनकी आवाज़ इतनी स्वीट है, ऊपर से इतनी स्वीट स्वीट तरह से वो कह रहे हैं हाफ ऑफ। बकेट पकड़ा दोगे? बकेट पकड़ा दूंगी उन्हें, मैं एप्पल भी रह गया बकेट में और उनके पास एप्पल भी आ जाएगा। इन्होंने बिल्कुल सही आंसर दे दिया है, तो इनको गिफ्ट देना तो बनता है। गुल्लू गुल्लू गुल्लू। सो मैनू ये दसो कि रोटियां बनाते हो? नहीं कदे कदे मैगी होगी। अच्छा मम्मी नु बनाते तो देखा होगा जी, किस चीज़ ना बनाते, बेलन ना बनाते? हाँ जी। दसो इंग्लिश विच बेलन नु की कहंदे आ? रोटी मेकर। रोटी मेकर पता नहीं पक्की गल नहीं पता। ये है टैलेंट वी एस्टा डीएवी जलंधर का, तो रोला रोला डाल के बता दो जरा। मैं क्या लकी ने हो सारी जनता जो डीएवी दी इतनी चंगी जनता देख रहे ने, ऐश करो टीवी। ओहो की नाम है जी तोडा? सिमरजीत कौर। ए मेनू पहले कहंदी पाजी सैड हो जो, मेरी फोटो आनी चाहिदी है। क्या बात है सिमरजीत कौर जी, इना कॉन्फिडेंस की खांदे हो? पंजाबी सीखनी आ, कॉन्फिडेंस ना होवे एदा हो नहीं सकदा। पंजाबी सी चार्ज है, कॉन्फिडेंट आपे ही होना है। आ भी अगे आ जा, तू भी आ जा स्टार। हां जी की करदे हो जी? मैं बीएससी मेडिकल। बीएससी मेडिकल नहीं, आ जा तैयार शहर होके केड़े ब्याह? भंगड़ा जी भंगड़ा। ओए भंगड़ा थोड़ा सा फिर शोर, चलो चलो सारे सारे सर्कल आ जाओ फटाफट शाबाश। ये देखो जी प्रसन्न, प्रसन्न हमारा होस्ट कम स्पॉट बॉय बन चुका है। हेलो स्पॉट बॉय, कहे को हैगा सामान दे दो। नी मैं नचा 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 नी मैं नचदी ना थका, नी मैं नचा 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 नी मैं नचदी ना थका, देवा वेड़ा कुड़ियो नी मैं नच नच पट दिया वेड़ा कुड़ियो, नी मैं नच नच पट दिया वेड़ा कुड़ियो, नी मैं नच नच पट दिया वेड़ा कुड़ियो। क्या बात है। तो गाइस पहली बार गपशप के एपिसोड में हम इंट्रोड्यूस करने लगे हैं हमारी नई दोस्त जिसका नाम है पसूड़ी। सारी जनता नू ते गपशप देख रहे मेरे ऑडियंस नू आज इंट्रोड्यूस करने जा रहे हैं जी, जी ऐसा नाम है जी पसूड़ी। प्रेजेंटिंग बिफोर यू, सब तो पहले पसूड़ी दा मौका दवांगे आपां तुहानू। नहीं नहीं फड़ो फड़ो सही जी, बच्चियां सलवार सूट पाके जरूर वड्डी लगदी है, बट आई एम स्टिल अ किड। ਪਸੂੜੀ ਨਾ ਤੁਹਾਡੀ ਏਜ ਦਾ ਤਾਂ ਲੈਣਾ ਦੇਣਾ ਹੀ ਨਹੀਂ, ਮੈਂ ਤੁਹਾਡੇ ਕੋਲ ਤੁਹਾਡੀ ਏਜ ਆਪੇ ਪਾ ਲਿਆ ਗੱਲ 'ਚ ਪਸੂੜੀ। ਅੱਛਾ ਜੀ ਇਹ ਪਸੂੜੀ ਦਾ ਇਹ ਹੁੰਦਾ ਹੈ ਕਿ ਜਿਹਦੇ ਗੱਲ 'ਚ ਵੀ ਇਹ ਪਸੂੜੀ ਪਏਗੀ ਉਹਨੂੰ ਸਾਡੇ ਲਈ ਕੋਈ ਨਾ ਕੋਈ ਗਾਣਾ ਜਾਂ ਕੋਈ ਨਾ ਕੋਈ ਸ਼ੇਰ ਅਰਜ਼ ਕਰਨਾ ਪਏਗਾ। ਠੀਕ ਹੈ ਜੀ, ਮੈਂ ਹੁਣੇ ਤਾਂ ਗਾਈ ਸੀ ਬੋਲੀ। ਅੱਛਾ ਇੱਕ ਹੋਰ ਤਰੀਕਾ ਪਸੂੜੀ ਨੂੰ ਆਪਣੇ ਗਲੋਂ ਉਤਾਰਨ ਦਾ, ਕਿਸੇ ਹੋਰ ਦੇ ਗੱਲ 'ਚ ਪਾ ਦਿਓ ਪਸੂੜੀ। ਨਹੀਂ ਐਂਕਰ ਨੂੰ ਛੱਡ ਕੇ ਪਾਣੀ ਸੀ ਕਿਸੇ ਹੋਰ ਦੇ ਗੱਲ, ਇਹਨਾਂ ਨੂੰ ਕੋ ਇੱਕ ਗਾਣਾ ਗਾ ਕੇ ਸੁਣਾਓ। ਨਹੀਂ ਗਾਣਾ ਐਂਕਰ ਤਾਂ ਜ਼ਰੂਰ ਗਾਏਗਾ, ਪਰ ਇਹ ਪਸੂੜੀ ਜਿਹੜੀ ਆ ਤੁਸੀਂ ਕਿਸੇ ਹੋਰ ਦੇ ਗੱਲ 'ਚ ਪਾਓ ਨਾ। ਇਹ ਦੇਖੋ ਪਸੂੜੀ ਹਮਨੇ ਇਨਕੋ ਦੀ, ਇਹ ਫਸਾ ਐਂਕਰਸ ਕੋ ਰਹੇ ਹੈ, ਮਤਲਬ ਕਿਆ ਜ਼ਮਾਨਾ ਆ ਗਿਆ। ਸੋ ਪਸੂੜੀ ਪੈ ਗਈ ਹੈ ਜੀ ਇਹਨਾਂ ਦੇ ਗੱਲ 'ਚ। ਸੋ ਮੈਡਮ ਦੱਸੋ ਸਾਨੂੰ ਕੀ ਅੱਜ ਗਾ ਕੇ ਸੁਣਾਓਗੇ? ਗਾਣਾ ਕਿਹੜਾ ਗਾਣਾ ਗਾਓਗੇ? ਤੈਨੂੰ ਸਮਝਾਵਾਂ। ਲਓ ਸਮਝਾਓ ਫਿਰ ਮੈਨੂੰ। ਮੈਂ ਤੈਨੂੰ ਸਮਝਾਵਾ ਕੀ ਨਾ ਤੇਰੇ ਬਿਨਾ ਲਗੀ ਦਾ ਜੀ, ਤੂੰ ਕੀ ਜਾ ਰੇ ਪਿਆਰ ਮੇਰਾ, ਮੈਂ ਕਰਾਂ ਇੰਤਜ਼ਾਰ ਤੇਰਾ, ਦੋ ਦਿਲ ਤੋਂ ਯੋ ਜਾਨ ਮੇਰੀ ਜਾਨ ਮੇਰੀ। ਓਏ ਥੈਂਕ ਯੂ ਵੈਰੀ ਮਚ। ਗਪਸ਼ਪ ਵਿੱਚ ਅਸੀਂ ਇੱਕ ਟ੍ਰਿਕੀ ਸਵਾਲ ਵੀ ਪੁੱਛਦੇ ਹਾਂ, ਤੁਸੀਂ ਰੋਟੀਆਂ ਪਕਾਉਂਦੇ ਹੋ? ਕਦੀ ਕਦੀ, ਵਾਂਸ ਇਨ ਅ ਵਾਈਲ। ਵਾਂਸ ਇਨ ਅ ਵਾਈਲ ਕਿਸ ਚੀਜ਼ ਨਾਲ ਪਕਾਉਂਦੇ ਹੋ? ਆਟਾ। ਆਟਾ ਯੂਟੈਂਸਿਲ ਕੋਈ ਤਾਂ ਯੂਜ਼ ਕਰਦੇ ਹੋਗੇ ਆਪ? ਬੇਲਣ, ਬੇਲਣ ਚਕਲਾ ਐਂਡ ਰੋਟੀ ਪਕਾਉਣ ਵਾਸਤੇ ਗੈਸ, ਗੈਸ ਦਾ ਚੁੱਲ੍ਹਾ ਤੇ ਅੱਗ। ਅਬ ਇਹਨਾਂ ਨੇ ਆਪਣੇ ਮੂੰਹ ਸੇ ਖੁਦ ਲੈ ਲਿਆ ਹੈ ਬੇਲਣ, ਤੋ ਬੇਲਣ ਹੀ ਹੈ ਹਮਾਰੇ ਅੱਜ ਕਾ ਕੁਐਸਚਨ।
तो आपको पता है कि बेलन को इंग्लिश में क्या कहते हैं? वुडन स्टिक मेकिंग राउंड राउंड चपाती। वाह, ये कहते नहीं तो सेंटेंस हो गया। वुडन स्टिक मेकिंग। अच्छा जी, बेलन नु की कहते हैं इंग्लिश में? नो आईडिया। वुडन स्टिक। हुण साडे नाल ने जी डीएवी दे एसोसिएट पंजाबी लेक्चरर प्रोफेसर सुखदेव सिंह रंधावा जी, जो कि इस टैलेंट हंट दे करता धरता ने। आओ करिए उन्हां नाल कुछ गलबात। डीएवी कॉलेज जलंधर दी जिथे पछाण अकादमिक तौर ते, स्पोर्ट्स तौर ते, उत्थे एक्स्ट्रा मूरल एक्टिविटी दे तौर ते बहुत वड्डी आ, विलखण जिहड़ा स्थान आ उहदे विच गजलगो जगजीत जी, सुखविंदर बबलू जी, हंसराज हंस जी, नरेंद्र पंडित जी, होर महान कलाकार इस स्टेज तों स्थापित होए आ। ਇਹਦਾ ਅੱਜ 2017 ਦਾ ਟੇਲੈਂਟ ਹੰਟ ਪ੍ਰੋਗਰਾਮ, ਬੱਚਿਆਂ ਦਾ ਹੁਨਰ ਜਿਹੜੀ ਕਿ ਕਲਾ ਅੰਦਰ ਛੁਪੀ ਹੁੰਦੀ ਆ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਜਿਹੜਾ ਇਹ ਪ੍ਰੋਗਰਾਮ ਕਰਵਾਇਆ ਜਾਂਦਾ। ਅਸੀਂ 11 ਵਾਰ ਜਿਹੜੇ ਆ ਨੈਸ਼ਨਲ ਯੂਥ ਫੈਸਟੀਵਲ ਦੇ ਵਿੱਚ ਜਿਹੜਾ ਪਾਰਟੀਸਪੇਟ ਕਰ ਚੁੱਕੇ ਹਾਂ। ਸਾਡੇ ਹਰ ਇੱਕ ਈਵੈਂਟ ਦੇ ਵਿੱਚ ਭਾਵੇਂ ਉਹ ਫੋਕ ਆਰਕਸਟਰ ਆ, ਭਾਵੇਂ ਉਹ ਗੀਤ ਗਜ਼ਲ ਆ, ਭਾਵੇਂ ਉਹ ਗਰੁੱਪ ਸੌਂਗ ਆ, ਭਾਵੇਂ ਉਹ ਫੋਕ ਸੌਂਗ ਆ, ਹਰ ਵਿੱਚ ਬੱਚੇ ਬਹੁਤ ਬੜੀ ਵਧੀਆ ਤਿਆਰੀ ਦੇ ਨਾਲ ਜਾਂਦੇ ਆ ਅਤੇ ਪੁਜੀਸ਼ਨਾਂ ਪ੍ਰਾਪਤ ਕਰਦੇ ਆ। ਸੋ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹੈ ਸਰ। ਇੱਦਾਂ ਹੀ ਤੁਸੀਂ ਹਰ ਸਾਲ ਇਹੋ ਜਿਹੇ ਪ੍ਰੋਗਰਾਮ ਕਰਾਉਂਦੇ ਰਹੋ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ, ਸ਼ੁਕਰੀਆ। ਸੋ ਹੁਣ ਨੇ ਸਾਡੇ ਨਾਲ ਜੀ ਨੀਤੀ ਰਾਜ ਸਰ, ਜੋ ਕਿ ਡੀਏਵੀ ਕਾਲਜ ਨਾਲ ਬਹੁਤ ਦੇਰ ਤੋਂ ਜੁੜੇ ਹੋਏ ਨੇ। ਅੱਜ ਟੈਲੈਂਟ ਹੰਟ ਦੇ ਵਿੱਚ ਇਹਨਾਂ ਨੇ ਭੰਗੜੇ ਦੇ ਟ੍ਰਾਇਲ ਦਿੱਤੇ ਜੋ ਕਿ ਬਹੁਤ ਸੋਹਣੇ ਗਏ। ਆਓ ਜਾਣਦੇ ਹਾਂ ਇਹਨਾਂ ਦੀ ਜ਼ੁਬਾਨੀ ਕਿ ਕਿੱਦਾਂ ਦੇ ਗਏ ਭੰਗੜੇ ਦੇ ਟ੍ਰਾਇਲ ਅਤੇ ਕਿੰਨੇ ਸਾਲਾਂ ਤੋਂ ਇਹ ਭੰਗੜੇ ਨੂੰ ਪ੍ਰਮੋਟ ਇੱਦਾਂ ਹੀ ਕਰ ਰਹੇ ਨੇ। ਮੈਂ 99 ਤੋਂ ਡੀਏਵੀ ਕਾਲਜ ਨਾਲ ਜੁੜਿਆ ਹਾਂ ਅਤੇ ਪਹਿਲਾਂ ਆਪ ਪਰਫੋਰਮ ਕਰਦਾ ਰਿਹਾ ਮੈਂ, ਉਸ ਤੋਂ ਬਾਅਦ ਹੁਣ ਡੀਏਵੀ ਕਾਲਜ ਦੀ ਮੈਨੇਜਮੈਂਟ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ ਇੱਥੋਂ ਦੀ ਲੋਕ ਨਾਚ ਟੀਮ ਤਿਆਰ ਕਰਵਾਉਣ ਦੀ। ਪਿਛਲੇ ਸਾਲ ਅਸੀਂ ਕੁੜੀਆਂ ਦਾ ਜਿਹੜਾ ਲੋਕ ਨਾਚ ਹੈ ਗਿੱਧੇ ਤੋਂ ਇਲਾਵਾ ਜਿਹੜੇ ਸਾਰੀ ਯੂਨੀਵਰਸਿਟੀ ਸ਼ੁਰੂ ਕੀਤੇ ਹੋਏ ਨੇ ਉਹਦੀ ਟੀਮ ਵੀ ਅਸੀਂ ਤਿਆਰ ਕਰਾਈ ਸੀ, ਜਿਹੜੀ ਜ਼ੋਨਲ ਇੰਟਰ ਜ਼ੋਨਲ ਵਿੱਚ ਮੈਡਲ ਪ੍ਰਾਪਤ ਕਰ ਚੁੱਕੀ ਹੈ। ਔਰ ਜਿਹੜੀ ਸਾਡੀ ਡੀਏਵੀ ਕਾਲਜ ਦੀ ਭੰਗੜਾ ਟੀਮ ਹੈ ਇਹ ਪਿਛਲੇ 11 ਸਾਲਾਂ ਤੋਂ ਨੈਸ਼ਨਲ ਯੂਥ ਫੈਸਟੀਵਲ ਵਿੱਚ ਪਾਰਟੀਸਪੇਟ ਕਰ ਰਹੀ ਹੈ ਔਰ ਪਿਛਲੇ ਕਈ ਸਾਲਾਂ ਤੋਂ ਜਿਹੜੇ ਕਿ ਮੈਂ ਗਿਣ ਕੇ ਦੱਸ ਨਹੀਂ ਸਕਦਾ ਜ਼ੋਨਲ ਔਰ ਇੰਟਰ ਜ਼ੋਨਲ ਜਿਹੜੇ ਯੂਥ ਫੈਸਟੀਵਲ ਨੇ ਉਹਦੇ ਵਿੱਚ ਪਾਰਟੀਸਪੇਟ ਕਰ ਰਹੀ ਹੈ ਔਰ ਨਾਮਣਾ ਖੱਟ ਰਹੀ ਹੈ। ਲੋਕ ਨਾਚ ਪੰਜਾਬ ਦਾ ਮਸ਼ਹੂਰ ਜਗ ਤੇ ਇਹਦੇ ਵਰਗੀ ਕੋਈ ਦੁਨੀਆ ਤੇ ਮਿਸਾਲ ਹੈ ਨੀ। ਪੈਰ ਥਿਰਕਦੇ ਕਾਲੇ ਕੀ ਗੋਰਿਆਂ ਦੇ ਪੰਜਾਬ ਦੇ ਢੋਲ ਜਾ ਕੋਈ ਦੁਨੀਆ ਤੇ ਸਾਜ਼ ਹੈ ਨਹੀਂ ਤੇ ਪੰਜਾਬ ਦੇ ਢੋਲ ਜਾ ਦੁਨੀਆ ਤੇ ਸਾਜ਼ ਹੈ ਨਹੀਂ। ਅਸੀਂ ਜਾਏ ਧਰਤ ਪੰਜਾਬ ਦੇ ਅਣਖਾਂ ਦੇ ਬੈਲੀ ਉਹ ਸਭ ਤੋਂ ਪਹਿਲਾਂ ਜਪਦੇ ਗੁਰੂਆਂ ਦਾ ਨਾਵਾਂ ਥਰ ਥਰ ਵੈਰੀ ਕੰਬਦੇ ਸਾਨੂੰ ਵੇਖ ਮੈਦਾਨੇ ਹੱਸ ਕੇ ਜੰਗ ਨੂੰ ਤੋਰਦੀਆਂ ਪੁੱਤਰਾਂ ਨੂੰ ਮਾਵਾਂ ਹੋਏ ਰੰਗ ਸੁਨਹਿਰੀ ਧਰਤ ਨੂੰ ਉਹ ਮੌਲਾ ਰੰਗਈ ਰੰਗ ਸੁਨਹਿਰੀ ਧਰਤ ਨੂੰ ਉਹ ਮੌਲਾ ਰੰਗੇ ਜੱਟਗਾ ਢੋਲ ਤੇ ਖੜਕਦਾ ਮੈਂ ਭੰਗੜੇ ਪਾਵਾਈ ਸੋ ਬਹੁਤ ਹੀ ਸੋਹਣੀ ਜੀ ਇਹ ਬੋਲੀ ਅਤੇ ਇਸ ਤੋਂ ਬਾਅਦ ਮੈਂ ਇੱਕ ਹੋਰ ਬਹੁਤ ਹੀ ਵਧੀਆ ਸ਼ਖਸ ਦੇ ਨਾਲ ਗੱਲਬਾਤ ਕਰਨਾ ਚਾਹਾਂਗਾ। ਬਹੁਤ ਸਾਲਾਂ ਤੋਂ ਮੈਂ ਵੀ ਐਕਚੁਅਲੀ ਜਿਹੜਾ ਡੀਏਵੀ ਦਾ ਹੀ ਪੜ੍ਹਿਆ ਹੋਇਆ, ਸਾਰੇ ਸਾਲਾਂ ਤੋਂ ਤੁਹਾਨੂੰ ਦੇਖਦਾ ਆ ਰਿਹਾ। ਭੰਗੜਾ ਟੀਮ ਜਿਹੜੀ ਆ ਉਹਦਾ ਵੱਖਰਾ ਹੀ ਰੋਬ ਹੁੰਦਾ ਡੀਏਵੀ ਦੇ ਵਿੱਚ ਅਤੇ ਡੀਏਵੀ ਦੇ ਪੁਰਾਣੇ ਕੈਪਟਨ ਹੁਣ ਮੇਰੇ ਨਾਲ ਨੇ ਸਰ। ਤੁਹਾਡਾ ਨਾਮ? ਸੁਖਦੀਪ ਸਿੰਘ ਔਜਲਾ। ਸੁਖਦੀਪ ਸਿੰਘ ਔਜਲਾ, ਰਾਜਨ ਔਜਲਾ ਜੀ ਦੇ ਨਾਮ ਤੋਂ ਇਹ ਮਸ਼ਹੂਰ ਨੇ। ਸਰ ਤੁਸੀਂ ਰੋਟੀਆਂ ਪਕਾਈਆਂ ਕਦੇ? ਨਹੀਂ। ਰੋਟੀਆਂ ਕਦੇ ਨਹੀਂ ਪਕਾਈਆਂ? ਨਹੀਂ। ਕਦੇ ਟਰਾਈ ਵੀ ਨਹੀਂ ਕੀਤਾ ਇੰਡੀਆ ਦਾ ਨਕਸ਼ਾ ਬਣ ਗਿਆ? ਨਹੀਂ ਨਹੀਂ। ਅੱਛਾ, ਬੇਲਣ ਦੇ ਨਾਲ ਆਪਾਂ ਰੋਟੀਆਂ ਪਕਾਈ ਦੀਆਂ, ਮੈਨੂੰ ਇਹ ਦੱਸੋ ਕਿ ਬੇਲਣ ਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ? ਬੇਲਣ ਹੀ ਕਹਿੰਦੇ। ਨਹੀਂ ਜੀ, ਇੰਗਲਿਸ਼ ਦੇ ਵਿੱਚ ਬੇਲਣ ਨੂੰ ਬੇਲਣ ਨਹੀਂ ਕਹਿੰਦੇ, ਕੁਛ ਹੋਰ ਕਹਿੰਦੇ ਆ। ਇੱਥੇ ਖੜੇ ਕਿਸੇ ਮੁੰਡੇ ਨੂੰ ਪਤਾ ਹੋਵੇ ਕਿ ਬੇਲਣ ਨੂੰ ਅੰਗਰੇਜ਼ੀ ਦੇ ਵਿੱਚ ਕੀ ਕਹਿੰਦੇ ਆ? ਕਿਹੜੇ ਭਾਜੀ? ਰੋਲਰ ਵਾਲੇ ਭਾਜੀ ਆ ਗਏ ਦੂਰੋਂ ਦੀ, ਰੋਲਰ ਰੋਲਰ ਕਰਦੇ ਭਾਜੀ। ਰੋਲਰ ਨਹੀਂ ਕਹਿੰਦੇ, ਕੁਛ ਹੋਰ ਕਹਿੰਦੇ ਆ। ਇਹਨੂੰ ਕੀ ਕਹਿੰਦੇ ਆ ਫਿਰ? ਉਹ ਤਾਂ ਮੈਂ ਤੁਹਾਨੂੰ ਦੱਸ ਕੇ ਜਾਊਂਗਾ ਜੀ। ਹੋਰ ਕੋਈ ਮੁੰਡਾ ਟਰਾਈ ਕਰਨਾ ਚਾਹੁੰਦਾ ਹੈ ਕਿ ਗੋਲ ਨੂੰ ਰੋਲਰ ਹੀ ਕਹੀਦਾ, ਹੋਰ ਕੀ ਕਹੀਦਾ? ਗੋਲ ਨੂੰ ਰੋਲਰ ਕਹੀਦਾ, ਮੈਂ ਤਾਂ ਬੇਲਣ ਨੂੰ ਕੀ ਕਹਿੰਦੇ ਇਹ ਪੁੱਛ ਰਹੀ। ਨਹੀਂ, ਕਹੀਦਾ ਹੀ ਰੋਲਰ ਆ। ਨਹੀਂ ਭਾਜੀ, ਰੋਲਰ ਨਹੀਂ ਕਹੀਦਾ ਨਾ, ਰੋਲਰ ਹੀ ਕਹਿ ਛੱਡੀਦਾ ਵਾ। ਲੇਕਿਨ ਰੋਲਰ ਨਹੀਂ ਕਹਿੰਦੇ। ਰੋਲਰ, ਚਲੋ ਮੈਂ ਤੁਹਾਨੂੰ ਹਿੰਟ ਦਿੰਦਾ, ਰੋਲਰ ਜਿਹੜਾ ਉਹ ਅੱਧਾ ਨਾਮ ਹੈ ਜੀ ਇਸ ਚੀਜ਼ ਦਾ।
ਅੱਗੇ ਕੁਝ ਹੋਰ ਲੱਗਦਾ। ਰੋਡ ਰੋਲਰ ਕਿਹੜੇ ਭਾਜੀ? ਰੋਡ ਰੋਲਰ ਵਾਲੇ ਭਾਜੀ ਦੇਖੋ, ਚਪਾਤੀਆਂ ਜੇ ਰੋਡ ਤੇ ਰੱਖ ਕੇ ਰੋਲ ਕਰਾਂਗੇ ਤਾਂ ਸ਼ਾਇਦ ਰੋਡ ਰੋਲਰ ਕਹਿ ਦਈਏ ਉਹਨੂੰ, ਪਰ ਨਹੀਂ, ਰੋਡ ਰੋਲਰ ਨਹੀਂ ਕਹੀਦਾ। ਫੇਰ ਕੀ ਕਹੀਦਾ ਭਾਜੀ? ਭਾਜੀ ਬੇਲਣ ਨੂੰ ਕਹਿੰਦੇ ਆ ਰੋਲਿੰਗ ਪਿੰਨ, ਜਿਹੜਾ ਕਿ ਅੰਗਰੇਜ਼ੀ ਦਾ ਉਹਦਾ ਸਹੀ ਮਤਲਬ ਹੈ। ਸੋ ਠੀਕ ਹੈ ਜੀ, DAV ਕਾਲਜ ਦੇ ਵਿੱਚ ਗੱਪ ਸ਼ੱਪ ਦਾ ਸਿਲਸਿਲਾ ਇੱਥੇ ਹੀ ਕਰਦੇ ਹਾਂ ਖਤਮ। ਪਹਿਣੇ ਆ ਭੰਗੜੇ ਹੋਣੇ ਨੇ ਮੂਵ ਕਈ ਲੱਕ, ਘੁੰਮਾਂਗੇ ਕਈ ਥਾਵਾਂ ਤੇ ਪਾਵਾਂਗੇ ਖੱਪ। ਜਸਟ ਕੀਪ ਔਨ ਇੰਜੋਇੰਗ ਗੱਪ ਸ਼ੱਪ। ਹੋ ਡੋਗਰਾ, ਹੋ ਡੋਗਰਾ, ਇਹ ਮੇਕਅਪ ਦਾ ਅਸਰ ਹੈ, ਇਹ ਮੇਕਅਪ ਦਾ ਅਸਰ ਹੈ। ਸੋ ਜਿਹੜਾ ਗਿਫਟ ਆਪਾਂ ਦਿਖਾਇਆ ਸੀ ਉਹ ਆਪਾਂ ਦਿਖਾ ਕੇ ਹੀ ਵਾਪਸ ਲੈ ਜਾਣਾ ਇਹਨਾਂ ਕੋਲੋਂ। ਓ ਰੱਬਾ ਤਰਸਨਾ ਤੈਨੂੰ ਆਈ, ਮਕੈਨੀਕਲ ਚ ਕੋਈ ਕੁੜੀ ਨਾ। ਓਏ ਜੂਨੀ,